ਕਾਂਗਰਸ ਕਿਸੇ ਦੇ ਮੱਥੇ ਤੇ ਲਿਖਿਆ ਜਾਂ ਅਕਾਲੀ ਲਿਖਿਆ ਹੋਇਆ, ਅਸੀਂ ਤਾਂ ਆਪਣੇ ਹੱਕ ਮੰਗਦੇ। ਮਾਹੌਲ ਖਰਾਬ ਹੋ ਜਾਂਦਾ, ਇਹਨਾਂ ਨੂੰ ਆਪਣੇ ਅੰਦਰ ਹੀ ਰਹਿਣਾ ਚਾਹੀਦਾ। ਜਿੰਨਾ ਚਿਰ ਫੈਸਲਾ ਨਹੀਂ ਹੁੰਦਾ ਉਨਾ ਚਿਰ ਬੀਜੇਪੀ ਨੂੰ ਇੱਥੇ ਨਹੀਂ ਬੁਲਾਉਣਾ ਚਾਹੀਦਾ। ਆਪਣਾ ਭਾਈਚਾਰਾ ਜਿਹੜਾ ਬਹੁਤ ਖਰਾਬ ਹੋ ਜਾਏਗਾ ਇਸ ਹਿਸਾਬ ਨਾਲ, ਇਹਨੂੰ ਸਾਹਮਣੇ ਨੂੰ ਬਿਲਕੁਲ ਨਹੀਂ ਇੱਥੇ ਬੁਲਾਉਣਾ ਚਾਹੀਦਾ। ਇਹਨਾਂ ਨੇ ਸਾਡੀਆਂ ਵੋਟਾਂ ਲੈ ਕੇ ਸਾਡੇ ਕੋਲੋਂ ਵਟੋਰ ਕੇ ਸਾਡੇ ਖੂਨ ਦੇ ਵਿੱਚ ਸ਼ਿਫ ਕਰ ਰਹੇ ਆ, ਇਹਨਾਂ ਨੂੰ ਨਹੀਂ ਬੁਲਾਉਣਾ ਚਾਹੀਦਾ। ਮੈਂ ਬੀਜੇਪੀ ਵਾਲੇ ਸਾਰੇ ਭਰਾਵਾਂ ਨੂੰ, ਸਾਰੇ ਵੀਰਾਂ ਨੂੰ ਬੇਨਤੀ ਕਰਨਾ, ਬਿਲਕੁਲ ਨਹੀਂ ਉਹਨੂੰ ਬੁਲਾਉਣਾ ਚਾਹੀਦਾ। ਇਹ ਸਾਰੇ ਇੱਕ ਪਾਸੇ ਖੜ ਜਾਣ, ਜਾ ਕੇ ਸੈਂਟਰ ਦੇ ਵਿੱਚ ਗੱਲ ਕਰਨ। ਸ਼ਾਮਲਾ ਜੀ ਜੋ ਮਰਜ਼ੀ ਫੈਸਲਾ ਕਰਾ ਸਕਦੇ ਆ, ਕਿਉਂ ਨਹੀਂ ਕਰਾਉਂਦੇ? ਕਿਉਂ ਲੋਕਾਂ ਨੂੰ ਪਰੇਸ਼ਾਨ ਕੀਤਾ ਆ? ਰੋਜ਼ ਪੇਂਡੂ ਬੰਦਾ ਆ, ਰੋਜ਼ ਸਾਡੇ ਰਹਿਣੇ ਵਾਲਾ ਆ, ਮਜ਼ਦੂਰ ਕਿਸਾਨਾਂ ਦੇ ਰਹਿਣੇ ਵਾਲਾ, ਬੇਨਤੀ ਕਰਨਾ ਜਾਣ ਬੁੱਝ ਕੇ ਸ਼ਹਿਰ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ। ਅਸੀਂ ਇਹਨਾਂ ਨੂੰ ਇੱਕ ਚੇਤਾਵਨੀ ਦਿੰਦੇ ਹਾਂ ਕਿ ਸ਼ਹਿਰ ਦਾ ਮਾਹੌਲ ਨਾ ਖਰਾਬ ਕਰਨ। ਅੱਗੇ ਅਸੀਂ ਬੜੇ ਦੁਖੀ ਬੈਠੇ ਹਾਂ, ਸਾਰੇ ਹੀ ਕਿਸਾਨ ਮਜ਼ਦੂਰ ਸਾਰੇ ਦੋ ਟਾਈਮ ਅਰਦਾਸ ਕਰਦੇ ਹਾਂ ਕਿ ਮੋਦੀ ਨੇ ਕਿਤੇ ਮਨ ਸਮੱਟਿਆ, ਜਿਹੜਾ ਸੁੱਤਾ ਦਿਮਾਗ ਉਹਦਾ ਜਾਗ ਜਾਏ, ਜਿਹਦੇ ਕਰਕੇ ਇਹ ਕਿਸਾਨ ਆਪਣੇ ਘਰਾਂ ਨੂੰ ਜਾਣ। ਅਸੀਂ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕਰਦੇ ਹਾਂ, ਤੁਸੀਂ ਇਹਨਾਂ ਦੀਆਂ ਮੀਟਿੰਗਾਂ ਕਰਾਉਣ ਦੀ ਬਜਾਏ ਇਹਨਾਂ ਨੂੰ ਦਿੱਲੀ ਭੇਜੋ, ਇਹ ਮੋਦੀ ਦੀ ਜਾਨ ਨੂੰ ਹੋਣ। ਸ਼ਹਿਰ ਵਾਸੀ, ਇਲਾਕਾ ਵਾਸੀ, ਚਾਹੇ ਉਹ ਭਾਜਪਾ ਦੇ ਮੈਂਬਰ ਹੋਣ ਚਾਹੇ ਕੋਈ ਵੀ, ਇਹਨਾਂ ਨੂੰ ਸੁਚੇਤ ਹੋਣਾ ਚਾਹੀਦਾ ਕਿ ਸਾਡੀਆਂ ਵੋਟਾਂ ਲੈ ਕੇ ਇਹ ਲੋਕ ਸਾਡੇ ਹੱਕ ਵਿੱਚ ਨਹੀਂ ਖੜੇ। ਹੁਣ ਸਾਨੂੰ ਫਿਰ ਆਸ ਵਿੱਚ ਭਰਾਉਣ ਲਈ ਅਤੇ ਸਾਡੇ ਸ਼ਹਿਰਾਂ ਵਿੱਚ ਮੀਟਿੰਗਾਂ ਕਰਦੇ। ਕੱਲ੍ਹ ਜੋ ਸਾਡੇ ਸ਼ਹਿਰ ਵਾਲੇ ਨੇ ਜਾ ਕੇ ਹੁਸ਼ਿਆਰਪੁਰ ਕੀਤਾ, ਜੋ ਉਹਦਾ ਅਸਰ ਹੋਇਆ ਉਸ ਤੋਂ ਵੀ ਭੈੜਾ ਅਸੀਂ ਇੱਥੇ ਕਰਾਂਗੇ। ਲੱਖਾਂ ਦੀ ਤਾਦਾਦ ਵਿੱਚ ਇੱਥੇ ਕਿਸਾਨ ਮਜ਼ਦੂਰ ਏਕਤਾ ਸਾਰੇ ਇਲਾਕਾ ਨਿਵਾਸੀ ਇੱਥੇ ਪਹੁੰਚਣਗੇ, ਤਾਂ ਜੋ ਇਹਨਾਂ ਨੂੰ ਪਤਾ ਲੱਗੇ ਕਿ ਫਗਵਾੜੇ ਦੇ ਵਿੱਚ ਬੰਨ ਲੱਗਿਆ, ਆਲੇ ਦੁਆਲੇ ਕਿਸਾਨ ਖੜ੍ਹੇ ਆ। ਜੇ ਇਹ ਜਿਸ ਤਰ੍ਹਾਂ ਆਏ ਆ, ਇਸੇ ਤਰ੍ਹਾਂ ਉੱਥੇ ਦਿੱਲੀ ਚਲੇ ਜਾਣ, ਦਿੱਲੀ ਮੀਟਿੰਗਾਂ ਕਰਨ, ਉਹਦੀ ਜਾਨ ਨੂੰ ਰੋਣ। ਜੇ ਨਹੀਂ ਮੰਨਦਾ ਤਾਂ ਛੱਡ ਕੇ ਸਾਡੇ 'ਚ ਬਹਿਣ, ਜੇ ਛੱਡ ਨਹੀਂ ਸਕਦੇ ਤਾਂ ਆਪਣੇ ਘਰੀ ਬਹਿਣੇ ਦਾ ਅਸੀਂ ਉਹ ਹਾਜ਼ਰ ਕਰਾਂਗੇ ਜੋ ਇਹਨੇ ਸੋਚਿਆ ਵੀ ਨਹੀਂ ਹੋਊਗਾ।